ਖੰਨਾ ਦੇ ਅਧੀਨ ਆਉਂਦੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਹਲਕਾ ਪਾਇਲ ਦੇ ਵਿੱਚ 5 ਕਰੋੜ ਰੁਪਏ ਦੀ ਲਾਗਤ ਦੇ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ। ਵਿਧਾਇਕ ਲੱਖਾ ਨੇ ਇਸ ਮੌਕੇ ਤੇ ਦੱਸਿਆ ਕਿ ਪਾਇਲ ਦਾਣਾ ਮੰਡੀ ਦੇ ਵਿੱਚ ਸੀਵਰੇਜ, ਬਿਜਲੀ ਅਤੇ ਹੋਰ ਫੰਡਾਂ ਦੀ ਕਰੀਬ 3,55,00,000 ਦੀ ਲਾਗਤ ਦੇ ਨਾਲ ਕੰਮ ਕਰਵਾਏ ਜਾਣਗੇ ਅਤੇ ਮਲੌਦ ਦਾਣਾ ਮੰਡੀ ਦੇ ਵਿੱਚ 1,39,00,000 ਰੁਪਏ ਦੀ ਲਾਗਤ ਦੇ ਨਾਲ ਕੰਮ ਕਰਵਾਇਆ ਜਾਏਗਾ। ਉਹਨਾਂ ਨੇ ਕਿਹਾ ਕਿ ਵਿਕਾਸ ਕਾਰਜ ਵਧੀਆ ਤਰੀਕੇ ਦੇ ਨਾਲ ਕਰਵਾਏ ਜਾਣਗੇ ਜਿਸ ਦੇ ਰਾਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਤੋਂ ਇਲਾਵਾ ਹੋਰ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪ੍ਰੈਸ ਕਾਨਫਰੰਸ ਕਰਦੇ ਹੋਏ ਵਿਧਾਇਕ ਲੱਖਾ ਨੇ ਕਿਹਾ ਕਿ ਲੋਕਾਂ ਦੀ ਕਾਫੀ ਪੁਰਾਣੇ ਸਮੇਂ ਤੋਂ ਮੰਗ ਸੀ ਜਿਸ ਨੂੰ ਪੂਰਾ ਕਰਦੇ ਹੋਏ ਉਹਨਾਂ ਨੇ ਇਹਨਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ। ਅੱਜ ਪੈਲ ਹਲਕੇ ਅੰਦਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਅੰਦਰ ਜਿਹੜੀ ਸਰਕਾਰ ਚੱਲ ਰਹੀ ਆ ਉਹਦੇ ਤਹਿਤ ਪੈਲ ਦੇ ਦਾਣਾ ਮੰਡੀਆਂ ਦੇ ਕੰਮ ਸ਼ੁਰੂ ਕਰਾਏ ਗਏ ਨੇ ਜਿਸ ਵਿੱਚ ਪੈਲ ਦੇ 3,55,00,000 ਦੇ ਉਹਦੇ ਵਿੱਚ ਸੀਵਰੇਜ, ਫੜਾਂ ਦਾ, ਇਲੈਕਟ੍ਰਿਕ ਦਾ, ਜਨ ਸਿਹਤ ਦਾ। ਇਸੇ ਤਰ੍ਹਾਂ ਮਲੌਦ 'ਚ 1,39,00,000 ਦੇ ਕੰਮ ਹੋ ਰਹੇ ਨੇ, ਉਹਦੇ ਵਿੱਚ ਵੀ ਫੜਾਂ ਦਾ ਅਤੇ ਜਨ ਸਿਹਤ ਦਾ ਕੀਤਾ ਜਾ ਰਿਹਾ, ਇਲੈਕਟ੍ਰੀਸ਼ਨ ਦਾ ਕਰ ਰਿਹਾ ਨੇ, ਅਤੇ ਜਿਹਦੇ ਨਾਲ ਸਾਡੇ ਕਿਸਾਨਾਂ ਨੂੰ, ਜ਼ਿਮੀਂਦਾਰਾਂ ਨੂੰ, ਨਾਲ ਦੀ ਨਾਲ ਆੜ੍ਹਤੀ ਸਾਹਿਬਾਨਾਂ ਨੂੰ ਫਾਇਦਾ ਹੋਊ। ਜਦੋਂ ਮੰਡੀ 'ਚੋਂ ਆਉਂਦੇ ਨੇ ਆਪਣੀ ਜਿਹੜੀ ਉਹਨਾਂ ਨੂੰ ਕਈ ਵਾਰ ਫੜਾਂ ਦੀ ਬੜੀ ਮੁਸ਼ਕਲ ਆਉਂਦੀ ਆ, ਉਹਦੇ ਤਹਿਤ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸੀ। ਅਸੀਂ ਸਾਰੇ ਇਲਾਕਿਆਂ ਵਾਸੀਆਂ ਦੀ ਮੰਗ ਸੀ, ਉਹਨਾਂ ਨੂੰ ਅਸੀਂ ਅੱਜ ਪੂਰਾ ਕੀਤਾ। ਅਤੇ ਹੋਰ ਵੀ ਕੰਮ ਜਿਹੜੇ ਪੈਲ ਹਲਕੇ ਦੇ ਪਿਛਲੇ ਸਾਲਾਂ ਵਿੱਚ ਅਸੀਂ ਜਿਹੜੀ 10 ਸਾਲ ਸਰਕਾਰ ਰਹੀ ਅਕਾਲੀ ਦਲ ਦੀ, ਸੜਕਾਂ ਦਾ ਬੜਾ ਬੁਰਾ ਹਾਲ ਸੀ, ਪਰ ਜਦੋਂ ਸਾਡੀ ਸਰਕਾਰ ਆਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੈਲ ਹਲਕੇ ਅੰਦਰ 306 ਕਿਲੋਮੀਟਰ ਸੜਕਾਂ ਅਸੀਂ ਬਣਾਤੀਆਂ ਨਵੀਆਂ, 100 ਕਿਲੋਮੀਟਰ ਹੁਣ ਰਿਪੇਅਰ ਹੋਣ ਜਾ ਰਹੀ ਆ, ਅਤੇ ਮੇਨ ਸੜਕਾਂ ਨੇ ਜਿਹੜੀਆਂ ਪੈਲ ਦੀਆਂ, ਪੈਲ ਤੋਂ ਲੈ ਕੇ ਮਲੌਦ ਤੱਕ, ਮਲੌਦ ਤੋਂ ਕੁੱਪ ਤੱਕ, ਉਹਦਾ ਵੀ ਟੈਂਡਰ ਆਉਣ ਵਾਲੇ ਥੋੜ੍ਹੇ ਜਿਹੇ ਦਿਨਾਂ 'ਚ ਲੱਗ ਜਾਣਾ, ਕੰਮ ਚੱਲ ਪਊ। ਨਾਲ ਦੀ ਨਾਲ ਪੈਲ ਤੋਂ ਰਾੜਾ ਸਾਹਿਬ ਤੋਂ ਜਗੇੜੇ ਦਾ ਪੁਲ ਤੱਕ ਉਹ ਵੀ ਕੰਮ ਦਾ, ਸੜਕ ਦਾ ਕੰਮ ਚੱਲ ਪੈਣਾ, ਅਤੇ ਇਹ ਦੋਏ ਮੇਨ ਸੜਕਾਂ ਹੀ ਸਾਡੀਆਂ ਉਹ ਵੀ ਪੂਰੀਆਂ। ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ ਟੀਵੀ, NRI।